ਚੈੱਕ ਦੇਣ ਵਾਸਤੇ ਪਰਿਵਾਰ ਨੂੰ ਮਿਲਣ ਵਾਸਤੇ ਅਫਸੋਸ ਜਾਹਰ ਕੀਤਾ ਕੀ ਕਰੋਗੇ ਇਸ ਦੇ ਬਾਰੇ ਦੇਖੋ ਇਹ 48 ਸਾਲ ਦੇ ਨੌਜਵਾਨ ਵੀਰ ਜਿਹੜੇ ਇੱਥੋਂ ਮੇਰੇ ਖਿਆਲ ਚੰਡੀਗੜ੍ਹ ਵੱਲ ਗਏ ਹੋਣੇ ਉੱਥੇ ਪਾਣੀ ਦਾ ਬਹਾਅ ਰਾਤ ਨੂੰ ਜ਼ਿਆਦਾ ਹੋਣ ਕਰਕੇ ਪਾਣੀ 'ਚ ਬਹਿ ਗਏ ਅਤੇ ਦੁਰਘਟਨਾ ਵਾਪਰ ਗਈ ਵਿਛੋੜਾ ਦੇ ਗਏ ਪਰਿਵਾਰ ਨੂੰ ਸੋ ਜੋ ਵੀ ਸੀਐਮ ਸਾਹਿਬ ਵੱਲੋਂ ਸਹਿਯੋਗ ਰਾਸ਼ੀ ਦਿੱਤੀ ਗਈ ਉਹ ਪਰਿਵਾਰ ਨੂੰ ਸੌਂਪੀ ਹੈ ਕਿਉਂਕਿ ਪਰਿਵਾਰ ਦਾ ਦੁੱਖ ਤਾਂ ਅਸੀਂ ਨਹੀਂ ਸਮਝ ਸਕਦੇ ਵੰਡਾ ਸਕਦੇ ਹਾਂ ਜਿਹੜਾ ਉਹਨਾਂ ਨੂੰ ਘਾਟਾ ਪਿਆ ਉਹ ਤਾਂ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਜਿੱਥੇ ਵੀ ਸਰਕਾਰ ਸਹਿਯੋਗ ਕਰ ਸਕਦੀ ਹੈ ਅਸੀਂ ਸਹਿਯੋਗ ਕਰ ਰਹੇ ਹਾਂ ਅਤੇ ਵਾਹਿਗੁਰੂ ਵਿਛੜੀ ਹੋਈ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਆਪਣਾ ਪਰਮਾਤਮਾ ਨੂੰ ਪਰਿਵਾਰ ਨੂੰ ਭਾਣਾ ਮੰਨਣ ਦਾ ਬਾਅਦ ਜਾ ਰਹੇ ਆਪਾਂ ਕਿੰਨਾ ਚੱਕਦੇ ਹਾਂਜੀ ਹੁਣ ਭਾਗੇ ਭਾਗੋ ਮੱਝ ਰਹੇ ਹੈ ਕਿੰਨੀ ਅਮਾਊਂਟ ਦਾ ਚੈੱਕ ਦਿੱਤਾ ਗਿਆ 4 ਲੱਖ ਦਾ ਚੈੱਕ ਇੱਥੇ ਤਾਂ 4 ਲੱਖ ਦਾ ਅੱਗੇ ਦੇਵਾਂਗੇ ਹੋਰ ਜਿੱਥੇ ਵੀ ਮੌਤਾਂ ਹੋਈਆਂ ਸਾਰੀ ਜਗ੍ਹਾ ਅਸੀਂ ਜਿਹੜੇ ਚੈੱਕ ਉਹ ਵੰਡ ਰਹੇ ਜਿਹੜੇ ਹੋਰ ਵੀ ਹੜ੍ਹ ਪੀੜਤ ਹੋਏ ਨੇ ਇਸ ਏਰੀਏ ਦੇ ਵਿੱਚ ਉਹਨਾਂ ਨੂੰ ਵੀ ਕੋਈ ਮਦਦ ਦਿੱਤੀ ਜਾ ਰਹੀ ਹੈ ਸਾਰੀ ਜਗ੍ਹਾ ਬਹੁਤ ਥਾਵਾਂ ਤੇ ਜਿਹੜੇ ਮਕਾਨ ਡਿੱਗੇ ਨੇ ਮਕਾਨਾਂ ਨੂੰ ਸਹਿਯੋਗ ਰਾਸ਼ੀ ਦਿੱਤੀ ਤੇ ਜਿਹੜੇ ਹੋਰ ਨੁਕਸਾਨ ਹੋਏ ਉਹਨਾਂ ਦਾ ਮੁਆਇਨਾ ਹੋ ਰਿਹਾ ਫਸਲੀ ਨੁਕਸਾਨ ਹੋਏ ਉਹਨਾਂ ਦਾ ਵੀ ਮੁਆਇਨਾ ਹੋ ਰਿਹਾ ਤੇ ਹਰ ਜਗ੍ਹਾ ਜਿਹੜੀ ਸਹਿਯੋਗ ਰਾਸ਼ੀ ਉਹ ਪਹੁੰਚਦੀ ਕੀਤੀ ਜਾ ਰਹੀ ਹੈ ਉੱਥੋਂ ਤੱਕ ਮੇਰੇ ਤੋਂ ਜਾਇਆ ਜਾਂਦਾ ਮੈਂ ਜਾਂਦੀ ਹਾਂ ਟੀਮ ਜਾਂਦੀ ਹੈ ਪ੍ਰਸ਼ਾਸਨ ਜਾਂਦਾ ਬਾਕੀ ਵਾਲੇ ਕਦੋਂ ਤੱਕ ਪੇਮੈਂਟ ਹੋ ਜਾਏਗੀ ਬਾਕੀ ਜਿਹੜਾ ਮੁਆਇਨਾ ਕਰਕੇ ਆਈ ਜਾਂਦਾ ਦੇਖੋ ਇਹਨਾਂ ਦਾ ਆ ਗਿਆ ਸੀ ਵੀ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਉਹ ਸਾਰੀਆਂ ਅਸੀਂ ਆਲਰੇਡੀ ਭੁਗਤਾਨ ਕਰ ਚੁੱਕੇ ਹਾਂ ਪਰਲੇ ਪਿੰਡਾਂ 'ਚ ਤੇ ਜਿਹੜਾ ਹੋਰ ਨੁਕਸਾਨ ਹੋਇਆ ਜਿਹਦਾ ਜਿਹਦਾ ਜਿੱਦਾਂ ਸਾਡੇ ਕੋਲ ਅੰਕੜਾ ਆਉਂਦਾ ਉਹ ਅਸੀਂ ਉੱਪਰ ਭੇਜਦੇ ਹਾਂ ਸਾਰਾ ਦਾ ਸਾਰਾ ਪੈਸਾ ਜਿਹੜਾ ਇਮੀਡੀਏਟ ਰਿਲੀਜ਼ ਹੋ ਗਿਆ ਜ਼ਿਮੀਦਾਰਾਂ ਦੀ ਬਣ ਗਰਦਾਵੀਆਂ ਹੋ ਚੁੱਕੀਆਂ ਲਗਭਗ ਹੋ ਚੁੱਕੀਆਂ ਤੇ ਉਹਨਾਂ ਨੂੰ ਕਦੋਂ ਤੱਕ ਪੇਮੈਂਟ ਮਿਲਣ ਦੀ ਸੰਭਾਵਨਾ ਇਮੀਡੀਏਟ ਕਰ ਦਵਾਂਗੇ ਜਲਦੀ ਤੋਂ ਜਲਦੀ ਉਹਦੇ ਜਿਹੜੇ ਬਹੁਤ ਥਾਵਾਂ ਦੇ ਤਾਂ ਸ਼ੁਰੂ ਵੀ ਹੋ ਚੁੱਕੇ ਨੇ ਕਿਸਾਨਾਂ ਨੂੰ ਚੈੱਕ ਵੰਡਣੇ ਸੀਐਮ ਸਾਹਿਬ ਨੇ ਦਿੱਤੇ ਨੇ ਤੇ ਜਲਦੀ ਉਹਦੀ ਵੀ ਤੁਹਾਨੂੰ ਜਿਹੜੀ ਸਾਰੀ ਰਿਪੋਰਟ ਆਊਗੀ ਅਸੀਂ ਦੇ ਦਿੱਤੀ